मैम का शॉर्ट रेडी है और मैम जा रही है। सोने लोगों के सोने शूट है ना, किड्डी मैडम की स्माइल देख किड्डी कैंट आ केड़ी है। लाइट को कट देने यार, कमाल करता है। मैं तेरा मुंह ही कटता, दंद दंद बखाई ना। फर्स्ट ड्रेस का लास्ट टेक देने जा रहे हैं हम नीचे। देख लो इन्होंने करने काम सारे दिन, तेरे ने सोना है वेख लो भी ओ गल गड्डी वेखी नहीं तो सोना शुरू है ना। इधर मुँह कर, इधर है विखा भी बंदे ने पता होना चाहिए ना भी। असी यार पहुंच गए लोकेशन पे, कैंट बनाया किथे आ गए उथे उथे आ गए। असि लो जी मेकअप, लो जी मेकअप हो गया सी स्टार्ट ते हुन मेकअप डन होने वाला। बस ए ड्यूटी रवि दी है आज मैं संभाल रहा। हां जी मैम, हां जी किवें हो? वधिया तू दस। ठीक है जी, ड्यूटी मेरे दी चंगी लगदी सी जान भुल गया बस। भाई हुन करी ते जा पाया, हुन मैं होर किवें कर दवां उस्ताद? फिर आप ही कर ला फिर तेन, फिर मैं कहता ओ बंद कर आपका, फिर कहना ना ओ चक लूगा कॉपीराइट छो चल पवे इन्नी चंगी गल अद्धे घंटे बाद चलता। आ साडे कॉस्ट्यूम वाला ब्रदर, की नाम है भाई जी? मैं फिर भुट गया। किवें हो भाई? ठीक है। आ साडा रवि कंबोज, ਇਹ ਮੇਰੇ ਦਾ ਵਿਆਹ ਹੋਇਆ ਹੈ। ਮੈਂ ਤਾਂ ਕਿੱਡੀ ਕੁ ਵੱਡੀ ਸੀ, ਮੈਂ ਤਾਂ ਨਹੀਂ ਉਹ ਦੱਸਦਾ ਨਹੀਂ ਅਸੀਂ ਕਿਹੜੀ ਮੱਲ ਮਾਰਦੀ ਇੱਕ ਇੱਕ ਨੂੰ ਲੋਕ ਚ ਪਾਵਾਂਗਾ ਮੈਂ ਆਪਦਾ। ਲਓ ਜੀ ਰਵੀ ਕੋਲ ਪੂਰੇ ਗਿਣਤੀ ਦੇ 1.5 ਮਿੰਟ ਰਹਿ ਗਿਆ ਜੀ, ਦੇਖੋ ਕਿਆ ਟਾਈਮ ਦਿੱਤਾ ਇਹਨੂੰ ਅੱਜ। ਹਾਂ ਮੇਰੇ ਵਾਲੀ ਇਹਨੇ ਕਿਹਾ 10 ਮਿੰਟ ਦੇ ਤੇਰੇ ਕੋਲ ਬੰਦਾ, ਦੇਖ ਉਸਤਾਦ ਅੱਜ ਕੀ ਅੱਜ ਡਾਂਗੋ ਡਾਂਗੀ ਭਾਵੇਂ ਹੋਣਾ ਪੈ ਜੇ ਤੇ ਬੰਦਾ ਭਾਵੇਂ ਡਾਇਰੈਕਟਰ ਸਰ ਨੂੰ ਮੈਨੂੰ ਸੱਦ ਕੇ ਲਿਆਉਣਾ ਪੈ ਜੇ। मैडम डीओ भी भज गया, माइक ले गया, नाले एडिटर भी तुर गया, कख रह गया मैं जी केड़ी आज आप टाइम ही नहीं मिल रहा, किन्ने क बिजी हैं? बहुत ज्यादा बिजी हैं मेरे ख्याल, आप रोटी भी नहीं खाधी अज। हाँ बाकी तुसी तो डाइट पे है, मैनू थोड़ा करना पैंदा। चलो हाँ अज औखा ही है जी, टाइम बहुत घट मिलया, अज सैट ज़्यादा ही वड्डा सोंग शूट आ करके एक मिनट का भी नहीं टाइम हैगा, रोटी खाने भी नहीं टाइम हैगा, तो बहुत जल्द आप कुछ ना कुछ खाने फिर है मिलते थानू है दंद ही दंद आने तेरे इंदे चेक करो मेरी लुक भी देख ही रहे हो तुम ड्रेस देख सकते हो थोड़ा सा राइट मैम, आज तक गर्मी नहीं लग रही, आज तक गर्मी नहीं लग रही सर तानू ना, मैं ते वेंट तक करेलियां होण डियां ताई खाना ठंड लगण दी है करेलियां दी ठंड नहीं। अज देखो सर्दी लुक ते मैं किड्डी घैंट लुक सजदा, मैं कहना अज तक ओके जड़ते आ, कंट्रास्ट ही बोलदे ना कंट्रास्ट, हां कंट्रास्ट किड्डा घैंट आ। चलो सर बहुत सोहणे लग रहे अज, वैसे हमेशा सोहणे लगदे ओ, और बाद
ਕਿੱਡੀ ਘੈਂਟ ਮੈਚ ਕੀਤੀ ਅੱਜ ਮੈਮ ਨੇ ਹੈ ਮੈਂ ਕਹਿੰਦਾ ਵੀ ਗੱਲਬਾਤਾਂ ਹੀ ਅੱਡਨੇ ਹੈ ਨਾ ਅਤੇ ਬਾਕੀ ਸ਼ੂਜ਼ ਵੀ ਮੈਮ ਨੇ ਬਹੁਤ ਸੋਹਣੇ ਪਾਏ ਲਹਿੰਗੇ ਦੇ ਨਾਲ ਹਲਕੇ ਹਲਕੇ ਵਾਈਟ ਵਾਈਟ ਸ਼ੂਜ਼ ਇਹ ਇੰਨੇ ਸੋਹਣੇ ਡਾਂਸ ਦਾ ਰਾਜ ਆ ਤੁਸੀਂ ਸ਼ੂਜ਼ ਪਾ ਸਕਦੇ ਬ੍ਰਾਂਡ ਨੇ ਅਸੀਂ ਦੱਸਾਂਗੇ ਨਹੀਂ ਤਾਂ ਸਾਰੇ ਫਿਰ ਹਾਂ ਨਿਊ ਸ਼ੂਜ਼ ਹੋਰ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਰਾਤ ਨੂੰ ਲਾਈ ਹੋਈ ਸੀ ਗੱਲ ਮੈਂ ਤਾਂ ਸ਼ਾਮ ਨੂੰ ਰਾਤ ਨੂੰ ਦੋ ਤਿੰਨ ਦਿਨ ਤੋਂ ਸੁੱਤਾ ਨਹੀਂ ਲਗਾ ਸਕਦਾ ਇਸ ਤਰ੍ਹਾਂ ਮੈਂ ਜ਼ਿਆਦਾ ਬੋਲ ਰਿਹਾ ਉਹਨਾਂ ਦਾ ਬੋਲਦਾ ਨਹੀਂ ਦੋ ਤਿੰਨ ਦਿਨ ਤੋਂ ਵਿੱਚ ਰਾਤ ਹੋ ਰਹੇ ਨੇ ਆਪਣੇ ਵਰਗਾ ਸਮਝੇ ਬਾਕੀ ਅੱਜ ਸ਼ੂਟ ਚੱਲ ਰਿਹਾ ਅਤੇ ਪਹਿਲੇ ਇੱਕ ਹੀ ਸੀ ਹੁਣ ਸਾਡਾ ਅੰਦਰ ਸ਼ੂਟ ਹੋ ਰਿਹਾ ਤਾਂ ਕਰਕੇ ਗਰਮੀ ਲੱਗ ਰਹੀ ਹੈ ਬਾਕੀ ਬਹੁਤ ਘੈਂਟ ਮਾਹੌਲ ਬਣਿਆ ਹੋਇਆ ਕਿੰਨੀ ਘੈਂਟ ਆ ਰਹੀ ਹੈ ਭਾਜੀ ਦੀ ਲੁੱਕ ਘੈਂਟ ਆ ਰਹੀ ਆ ਤੇ ਜਿੱਥੇ ਆਪਾਂ ਬਹਿ ਜਾਈਏ ਜਿੱਥੇ ਕੈਮਰਾ ਹੋ ਜਾਂਦਾ ਉੱਥੇ ਭਾਜੀ ਆ ਜਾਂਦੇ ਹੁੰਦੇ ਨੇ ਇਹ ਭਰਾਵਾ ਮੇਰਾ ਕੈਮਰਾ ਯਾਰ ਇੱਥੇ ਕਿਹੜੀ ਧੁੱਪ ਪੈ ਰਹੀ ਜਿਹੜੀ ਕਿ ਨਾ ਵੇਖੋ ਚਲੋ ਭਾਈ ਲੋਕ ਜੱਟੀ ਆ ਜਾਈਏ ਬਾਕੀ ਮਿਲਦੇ ਆ ਟੇਕ ਤੋਂ ਬਾਅਦ ਮੈਂ ਬੰਬੇ ਖੁੱਲ ਕੇ ਬੰਦ ਨਹੀਂ ਕਰਦਾ ਭਾਜੀ ਇੱਥੇ ਗੰਗੂ ਕਿਹੜੀ ਕਿੱਦਾਂ ਚੱਲ ਰਿਹਾ ਸ਼ੂਟ ਬਹੁਤ ਵਧੀਆ ਸ਼ੂਟ ਚੱਲ ਰਿਹਾ ਜੀ ਮੈਂ ਵਧੀਆ ਚੱਲ ਰਿਹਾ ਸੋਹਣੇ ਲੋਕਾਂ ਦੇ ਸੋਹਣੇ ਸ਼ੂਟ ਹੈ ਨਾ ਕਿੱਡੀ ਮੈਡਮ ਦੀ ਸਮਾਈਲ ਦੇ ਕਿੱਡੀ ਘੈਂਟ ਆ ਸੋਹਣਾ ਬਣਾਉਣ ਵਾਲਾ ਰੱਬ ਤੇ ਉਹਨੂੰ ਨਿਖਾਰਨ ਹੋਰ ਮਿਹਨਤ ਕੀਤੀ ਰਬੀ ਨੇ ਮੈਂ ਤੁਸੀਂ ਜਾਂ ਨੈਚੁਰਲੀ ਸੋਹਣੇ ਮੈਂ ਤੈਨੂੰ ਕੱਲ ਵੀ ਗੱਲ ਕੀਤੀ ਜਿਹੜੇ ਸੋਹਣੇ ਹੁੰਦੇ ਉਹਨਾਂ ਦੀ ਮੇਕਅਪ ਜ਼ਿਆਦਾ ਜ਼ਿਆਦਾ ਹੁੰਦਾ ਨਹੀਂ ਉਹਨਾਂ ਨੂੰ ਸੱਜਣ ਦੀ ਲੋੜ ਨਹੀਂ ਆਓ ਮੈਂ ਲਓ ਜੀ ਰਵੀ ਕੰਬੋ ਜੀ ਪਹੁੰਚ ਚੁੱਕੇ ਨੇ ਤੇ ਸ਼ੂਟ ਚੱਲ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਤੇ 5 ਮਿੰਟ ਦੀ ਬ੍ਰੇਕ ਮਿਲੀ ਸੀ ਫਿਰ ਤੁਹਾਨੂੰ ਪਤਾ ਹੀ ਹੈ ਰਵੀ ਵੀਰਾ ਮੌਕਾ ਆਪਦਾ ਸੰਭਾਲ ਲੈਂਦੇ ਨੇ ਹਾਂਜੀ ਮੈਮ ਕਿੱਦਾਂ ਜਾ ਰਿਹਾ ਅੱਜ ਦਾ ਦਿਨ ਹਾਂਜੀ ਗਰਮੀ ਅੱਜ ਨਹੀਂ ਲੱਗ ਰਹੀ ਕਿਉਂਕਿ ਹਾਲ 'ਚ ਸ਼ੂਟ ਚੱਲ ਰਿਹਾ ਅਤੇ ਸਤਿ ਸ਼੍ਰੀ ਅਕਾਲ ਮੈਮ ਮੈਮ ਤਾਂ ਅੱਜ ਫਿਰ ਜਿੱਦਾਂ ਅੰਬਰਾਂ ਤੋਂ का शॉट रेडी है और मैम जा रहे हैं पानी हुई है कुछ ओके पहला खाना पहले मैम कर देने पूरी डाइट ਦਾ ਉਹ ਹਨਾ ਕੀ ਕਹਿੰਦੇ ਆ ਬਾਅਦ ਚ ਉਹਨੂੰ ਪਹੁੰਚਾਉਂਦੇ ਨੇ ਦੋ ਕੱਪ ਗ੍ਰੀਨ ਟੀ ਕਿੱਦਾਂ ਲੱਗ ਰਿਹਾ ਬਹੁਤ ਟੇਸਟੀ ਨਹੀਂ ਮੈਮ ਤੁਸੀਂ ਪੀਲੀਏ ਕੀ ਗੱਲ ਤਾਂ ਕੋਈ ਨਹੀਂ ਮੰਗਦਾ ਤਾਂ ਸੀਗਾ ਜੀ ਤੁਸੀਂ ਇਸੀ ਕੇ ਸਾਥ ਹਮਨੇ ਮਕੈਨਿਕ ਬੁਲਾਏ ਹੈ ਜਵੈਲਰੀ ਮਕੈਨਿਕ ਜਵੈਲਰੀ ਮਕੈਨਿਕ ਔਰ ਇਹ ਅਭੀ ਦੇਖਣਾ ਇਸਕੋ ਰਿੰਗੀ ਡਾਲ ਕੇ ਠੀਕ ਕਰ ਦੇਂਗੇ ਰਿੰਗੀ ਡਾਲ ਕੇ ਵੈਲਡ ਕਰੇਂਗੇ ਵੈਲਡਰ ਲੈ ਕੇ ਆਓ ਭਾਜੀ ਜਵੈਲਰੀ ਟੁੱਟ ਜਾਵੇ ਤਾਂ ਤੁਸੀਂ ਸੰਪਰਕ ਕਰੋ ਸ਼ਾਨੂ ਜੀ ਨੂੰ ਕੰਟੈਕਟ ਕਰ ਸਕਦੇ ਹੋ ਜਵੈਲਰੀ ਕੰਟੈਕਟ ਕੀਜੀ ਜਵੈਲਰੀ ਜੋੜੋ ਕਿਆ ਬਾਤ ਹੈ ਦੇਖੋ ਬਿਨਾਂ ਕਿਸੇ ਔਜ਼ਾਰ ਤੋਂ ਜਵੈਲਰੀ ਜੋੜਨੀ ਹੋਵੇ ਤਾਂ ਇਹਨਾਂ ਹੱਥਾਂ ਦਾ ਪ੍ਰਯੋਗ ਕਰੋ ਸ਼ਾਨੂ 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 ਛੋਟੇ ਛੋਟੇ ਬੱਚੇ ਮੈਂ ਤਾਂ ਨਹੀਂ ਹੋਣਡਾ ਫੋਟੋਆਂ ਕਰਵਾਉਂਦੇ ਆ ਮਿਡ ਲੈ ਲੈਣਾ ਕਿਆ ਹੋਇਆ ਮੈਮ
ਸ਼ਸ਼ੀਕਾਲ ਮੈਂ ਕੈਸਾ ਸ਼ਸ਼ੀਕਾਲ ਰਵੀ ਸ਼ਸ਼ੀਕਾਲ ਜੀ ਕਿੱਦਾਂ ਹੋ ਜੀ ਮੈਂ ਬਹੁਤ ਵਧੀਆ ਤੁਸੀਂ ਦੱਸੋ ਉੱਤੇ ਖੜੇ ਰਹੋ ਮੈਂ ਮੋਰ ਤੋਂ ਆਵਾਜ਼ ਨਹੀਂ ਹੁੰਦੀ ਆਵਾਜ਼ ਨਹੀਂ ਹੁੰਦੀ ਕਿਹੜੀ ਆ ਲਾਈਟ ਕੋ ਘੱਟ ਦਿੰਦੇ ਯਾਰ ਕਮਾਲ ਕਰਦਾ ਮੈਂ ਤੇਰਾ ਮੂੰਹ ਹੀ ਘੱਟਤਾ ਦੰਦ ਦੰਦ ਵਿਖਾਈ ਨਾ ਤੇਰੇ ਹੋਰ ਦੱਸੋ ਮੈਮ ਅੱਜ ਮੈਮ ਨੇ ਬਹੁਤ ਜ਼ਿਆਦਾ ਡਾਂਸ ਕੀਤਾ ਇਸ ਕਰਕੇ ਮੈਮ ਅੱਜ ਐਕਸਟਰਾ ਡਾਇਟ ਕਰਦੀ ਹੈ ਬਾਕੀ ਔਰ ਇਹ ਪੀਜ਼ਾ ਪਾਰਟੀ ਹੋ ਰਹੀ ਹੈ ये मैं हूँ ये मैम है और पीछे मैं बैठा हूँ और ये हमारा पिज्जा है नहीं ये भी है हमारा हाँ मतलब ये बाद वाले हैं ना ये भी है। तो और ये पिज्जा पार्टी हो रही है फर्स्ट ड्रेस का लास्ट टेक देने जा रहे हैं हम नीचे लास्ट है। क्या है? ओ, मेरी मेरी जुबान साची होती है तो इस करके लास्ट है क्या लुक का देखो आप